ਬਾਲਰ ਹੈ ਜਿਹੜਾ ਧੋਤੀ ਨਾਲ ਫਾਸਟ ਬਾਲਰ ਕਰਦਾ ਇਹ ਕੱਢ ਮਾਰੇ ਭਾਈ ਅਸੀਂ ਪਰਸੋਂ ਦਾ ਸਦਕਾ ਦੇਤਾ ਵਾਪਸ ਚਲੇ ਜਾ ਚਲ ਮਾਰੇ ਪਰਸੋਂ ਦਿੱਤਾ ਜੀ ਹਾਂਜੀ ਹਾਂਜੀ ਕੱਲ ਤੱਕ ਤੇ ਇੰਤਜ਼ਾਰ ਕਰ ਲੰਦੇ ਓਏ ਬਾਹਰ ਚਲੋ ਏ ਬਾਹਰ ਮੈਂ ਤੁਹਾਨੂੰ ਕਹਤਾ ਵੀ ਮੈਂ ਪਿੰਡੋਂ ਇੱਥੇ ਆਇਆ ਮੈਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣਾ ਗਰੀਬ ਲੋਕ ਹੋ ਤੁਸੀਂ ਗੈਟ ਆਊਟ ਆਇਆ ਗਰੀਬ ਨਹੀਂ ਹੁੰਦਾ ਗਰੀਬ ਹੁੰਦਾ ਏਡੇ ਤੂੰ ਇੱਥੇ ਤਲਫ਼ੁਜ਼ ਨਾ ਮੇਰੇ ਠੀਕ ਕਰਾ ਐਡਾ ਤੂੰ ਆਫਤਾਬ ਇਕਬਾਲ ਚਲ ਸ਼ਾਬਾਸ਼ ਤੂੰ ਓਏ ਹੋਏ ਤਾ ਐਡਾ ਖੁੱਲਾ ਚੀਰ ਹੁਣ ਤੂੰ ਮੈਨੂੰ ਦੱਸ ਬਈ ਤੂੰ ਮੇਰੀਆਂ ਧੀਆਂ ਦੇਖੀਆਂ ਹਾਂਜੀ ਹਾਂਜੀ ਐਸੇ ਬਲੈਕ ਐਂਡ ਵਾਈਟ ਸ਼ਖਸ ਨੂੰ ਧੀ ਦੇ ਦੂੰ ਨਹੀਂ 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 ਯੁਕੋ ਆਈ ਸਾਡੇ ਤਾਇਆ ਪਿੰਡ ਵਾਲੇ ਤੇ ਹੁੰਦੇ ਨੇ ਕੁਝ ਖਲਾਫ ਲੇਕਿਨ ਤੂੰ ਬਚਪਨ ਚ ਮੰਗਣੀਆਂ ਕੀਤੀਆਂ ਤਾਇਆ ਯਾਦ ਕਰ ਹਾਂ ਯਾਦ ਆ ਮੈਨੂੰ ਪੈਸੇ ਨੇ ਤੇਰਾ ਦਿਮਾਗ ਖਰਾਬ ਕਰਤਾ ਬਲਕਿ ਸਾਫ਼ ਹੀ ਕਰਤਾ ਅੱਲਾ ਨੇ ਮੈਨੂੰ ਪੈਸਾ ਦਿੱਤਾ ਹਾਂ ਤੁਹਾਡਾ ਕੀ ਤਲਕ ਜਾਓ ਸ਼ਾਹ ਤਾਇਆ ਜੀ ਅਸੀਂ ਤੁਹਾਡਾ ਖੂਨ ਆ ਐਡਾ ਕਾਲਾ ਖੂਨ ਮੇਰਾ ਮੈਂ ਧੁੱਪੇ ਫਿਰਦਾ ਰਿਹਾ ਤਾਇਆ ਤੂੰ ਛਾਵੇਂ ਵੀ ਫਿਰਨੇ ਤੇ ਤੇਰਾ ਬੇੜਾ ਹੀ ਗਲਤ ਆ ਚਲੋ ਬਾਹਰ ਤਾਇਆ ਚਲ ਬਾਹਰ ਚੱਲ ਭਾਈ ਤੇਰੀ ਮਿਹਰਬਾਨੀ ਹੈ ਇਹਨੂੰ ਤੇਰੇ ਢਿੱਡ ਤੋਂ ਸਾਫ਼ ਲੱਗਦਾ ਤਾਇਆ ਕਿ ਤੂੰ ਹਰਾਮ ਖਾਣਾ ਹਰਾਮ ਹਰਾਮ ਮੈਂ ਖਾਦਾ ਹੋਵੇ ਹਾਂ ਤੇ ਤੂੰ ਅਜੇ ਤੱਕ ਬਚਦਾ ਮੇਰੇ ਕੋਲੋਂ ਭਾਈ ਤੂੰ ਫੈਸਲਾ ਕਰਨਾ ਹੈ ਅਸਲਾਮ ਅਲੈਕਮ ਤਾਇਆ ਨਿਕਲ ਬਾਹਰ ਭਾਈ ਅਸੀਂ ਫਤਰਾਨਾ ਦੇਤਾ ਹਾਂਜੀ ਨਿਕਲ ਫਤਰਾਨਾ ਹੋ ਗਿਆ ਪੁੱਤਰ ਮੈਂ ਫਤਰਾਨਾ ਲੈ ਨਹੀਂ ਆਇਆ ਫੇਰ ਮੈਂ ਆਪਣੀ ਨਜ਼ਰਾਨਾ ਲੈਣ ਆਇਆ ਰਕਸਾਨਾ ਲੈਣ ਆਇਆ ਯਾਰ ਆ ਲੈ ਭਰਾ ਤਾਇਆ ਮੇਰਾ ਖੂਨ ਮੇਰੇ ਭਰਾ ਨੇ ਕੀਤਾ ਕੀ ਆ ਇੱਕ ਆਉ ਜੰਮਿਆ ਇੱਕ ਆ ਜੰਮਿਆ ਉਹ ਕਾਲਾ ਮੈਂ ਚਿੱਟਾ ਲੱਗਦਾ ਸਾਡੀ ਮਾਂ ਨੂੰ ਕਿਤੇ ਕਰਾਸ ਪੈ ਗਿਆ ਓ ਚੱਲ ਤੇ ਮਾਂ ਭੈਣ ਦੀਆਂ ਗੱਲਾਂ ਨਹੀਂ ਕਰਨੀਆਂ ਚੱਲ ਦਵਾਓ ਤੈਨੂੰ ਕਹਿ ਤੇਰਾ ਅਮਰ ਦਾ ਕਿਸੇ ਨੇ ਮਾਂ ਭੈਣ ਦੀ ਗੱਲ ਕੀਤੀ ਤਾਇਆ ਮੇਰੀ ਮੰਗੇ ਪਛਾਣ ਸਾਨੂੰ ਤਾਇਆ ਉਹ ਤੂੰ ਪਛਾਣ ਤੂੰ ਤੂੰ ਲਾਸ਼ ਹੈ ਤੈਨੂੰ ਪਛਾਣ ਕੋਈ ਖੁਦਾ ਦਾ ਨਾਲ ਹੈ ਤਾਇਆ ਸਾਨੂੰ ਰਿਸ਼ਤਾ ਵੀ ਜਾਣਾ ਤੇ ਵਾਪਸ ਜਾਣ ਦਾ ਕਿਰਾਇਆ ਦੇਵੇ ਲੈ ਤੂੰ ਮੈਨੂੰ ਖਾਲੀ ਨਾ ਮੋੜ ਰਿਸ਼ਤਾ ਮੇਰੀ ਝੋਲੀ ਚ ਪਾ ਦੇ ਮੈਂ ਤੇਰੇ ਚਪੇੜ ਐਸੀ ਮਾਰਨੀ ਆ ਵੀ ਤੇਰੇ ਪੰਜੇ ਉਂਗਲਾਂ ਖੁੱਭ ਜਾਣੀਆਂ ਮੈਂ ਦੰਦਾ ਇਹਨੂੰ ਤਾਂ ਮੈਂ ਮਾਰ ਦੇਣੀ ਇਹਦੇ ਕਿਹੜਾ ਨੀਲ ਪੈਣਾ ਤਾਇਆ ਮੈਂ ਤੇਰੇ ਨਾਲ ਆਰਾਮ ਨਾਲ ਗੱਲ ਕਰਦਾ ਨਹੀਂ ਤੇ ਤੂੰ ਕੀ ਕਰੇਗਾ ਮੇਰਾ ਕੀ ਕਰੇਗਾ ਤੂੰ ਮੇਰਾ ਹੈ ਕੀ ਕਰੇਗਾ ਚੱਲ ਮਾਰੇ ਮਾਰੇ ਇਹ ਨੌਕਰ ਕੌਣ ਆ ਮੈਂ ਕਿ ਤੂੰ ਜੀ ਮੈਂ ਤੇ ਧੱਕੇ ਦਾ ਮੈਂ ਮਾਰਨ ਦੇ ਭਾਈ ਬਾਹਰ ਹੋ ਦਲੀਲ ਨਾ ਕਰਾ ਚੱਲ ਸ਼ਾਬਾਸ਼ ਬਾਹਰ ਬਾਹਰ ਓਏ ਸ਼ਰਸਤਨੀ ਓਏ ਕਾਕਾ ਓਏ ਹਾਂਜੀ ਲੈ ਕਾਫੀ ਲਿਆ ਅੱਛਾ ਕਿਹੜੀ ਕੱਪ ਲੰਮੀ ਲੈ ਕੇ ਚਲਾ ਗਿਆ ਚਵਲ ਸੁਹਾਗਣਾ ਤੁਹਾਨੂੰ ਤੈਨੂੰ ਸਾਰਾ ਹੀ ਆਕੜ ਗਿਆ ਥੋੜਾ ਜਿਹਾ ਸ਼ਵਾਰਮਾ ਚੂਪ ਕੇ ਤਾਇਆ ਕਹਿੰਦਾ ਸ਼ਵਾਰਮਾ ਛੋਟਾ ਮੈਂ ਕਿਹਾ ਤੂੰ ਨਾਲ ਮੇਰਾ ਲਾ ਲਾ ਅਭੀ ਤੈਨੂੰ ਅਸੀਂ ਅੰਬ ਲੈ ਕੇ ਦਿੱਤਾ ਗਿਆ ਹੋਟਲ ਤੇ ਰੋਟੀ ਖਾਣ ਤੇ ਉਹਨਾਂ ਨੇ ਬਿੱਲ ਲਿਆਂਦਾ ਤੇ ਤਾਇਆ ਬਿੱਲ ਵੇਖ ਕੇ ਕਹਿੰਦਾ ਇਹਦੀ ਆਖਰੀ ਡੇਟ ਕਿਹੜੀ ਆ ਹੋਰ ਕੋ ਤੁਹਾਨੂੰ ਮੇਰੇ ਬਾਰੇ ਚ ਅਵੇਅਰਨੈਸ ਹੋਵੇ ਆਇਆ ਤੇਰੇ ਬਾਰੇ ਪਿੰਡਾਂ ਚ ਜਾ ਕੇ ਕਹਿੰਦਾ ਉਹ ਮੇਰੀ ਮਦਦ ਕਰੋ ਮੈਂ ਮਹਿੰਦੀ ਅਸਾਂ ਦਾ ਮੈਂ ਮਰਿਆ ਨਹੀਂ ਚੱਲ ਬਾਤ ਭਾਈ ਇਹ ਦਾ ਦਿਮਾਗ ਖਰਾਬ ਹੋਇਆ ਹਾਂ ਉਹ ਮੈਂ ਇੱਕ ਦੋ ਵਾਰੀ ਪਿੰਡ ਗਿਆ ਅਗਲੇ ਨਹੀਂ ਮੰਨੇ ਮੈਂ ਹਟ ਗਿਆ ਓਏ ਹਾਂ ਤਾਇਆ ਵੈਸੇ ਹੌਸਲਾ ਮਾਨਣਾ ਸਾਡੀ ਦਾਦੀ ਦਾ ਹੌਸਲਾ
ਤਾਇਆ ਜੀ ਇਧਰ ਵੇਖੋ ਉਹ ਇਹਨਾਂ ਦੇ ਮਹੱਲੇ ਚ ਮੌਤ ਕੀ ਹੋਈ ਮੌਲਵੀ ਸਾਹਿਬ ਨਹੀਂ ਹੈ ਉਹਨਾਂ ਨੇ ਕਿਹਾ ਤੁਸੀਂ ਜਨਾਜ਼ਾ ਬਣਾ ਲਿਓ ਇਹਨੇ ਈਦ ਬਣਾਤੀ ਉਹ ਨਾਲੇ ਲੋਕ ਨਾਲੇ ਲੋਕੀ ਜੱਪੀਆਂ ਪਾਉਣ ਨਾਲੇ ਇੱਕ ਦੂਸਰੇ ਨੂੰ ਕਹਿ ਉਹ ਮੁਬਾਰਕ ਹੋਵੇ ਬੜਾ ਅਫਸੋਸ ਹੋਇਆ ਤਾਇਆ ਜੀ मैनू रिश्ता दे दे तू जो मर्जी कर ला मैं नहीं देना जगह बदल के वे रहे जगह बदल ला थल्ले चला चले ही जगह शायद चाचा पुड़े नहीं ओ चाचा हे ओ अपनी बच्ची दे दे मैं तेनु एक की अति भी नहीं देनी चलो भाई गल नहीं तेनु नहीं देनी मैं नहीं की सुन देनी अद नहर ने भी ठंडी करनी मैं भी ठंडी तेनू अल्लाह बुला रहा ਬੁਲਾਇਆ ਇੱਥੇ